ਹਾਂਜੀ ਬਾਈ, ਕਿਵੇਂ ਲੱਗੀ ਟ੍ਰੇਨਿੰਗ? ਬਹੁਤ ਵਧੀਆ ਜੀ, ਬਹੁਤ ਵਧੀਆ, ਬੜਾ ਹੀ ਵਧੀਆ ਬਾਈ ਅਜੇ ਨੇ ਸਮਝਾਇਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਨੇਚਰ ਹੈ। ਬਾਕੀ ਇਹ ਨਹੀਂ ਵੀ ਇੱਕ ਵਾਰੀ ਬੱਚਾ ਸੇਲ ਕਰਤਾ ਵੀ ਮੁੜ ਕੇ ਗੱਲ ਨਾ ਸੁਣਨਗੇ, ਜਦੋਂ ਮਰਜ਼ੀ ਫੋਨ ਕਰੋ ਉਹਦੀ ਫੋਨ ਚੁੱਕ ਚੁੱਕਦੇ ਆ। ਯੂਪੀ ਲਖਨਊ ਸੇ ਆਇਆ ਹੂੰ। ਲਖਨਊ ਸੇ ਸਪੈਸ਼ਲ ਟ੍ਰੇਨਿੰਗ ਕੇ ਲੀਏ? ਹਾਂ, ਇਨਕਾ ਯੂਟਿਊਬ ਪੇ ਦੇਖਾ ਤਾਂ ਬਹੁਤ ਅੱਛਾ ਲਗਾ, ਤੋ ਇਸਕੇ ਲਈ ਆਇਆ ਪਰਸਨਲ। ਯੂਟਿਊਬ ਪੇ ਦੇਖਤੇ ਹੈ ਕਿ ਸਭ ਕੁਛ ਅੱਛਾ ਹੁੰਦਾ ਹੈ, ਯਹਾਂ ਕਰ ਕੈਸਾ ਲਗਾ? ਯਹਾਂ ਉਸਸੇ ਜ਼ਿਆਦਾ ਅੱਛਾ ਲਗਾ, ਅੱਗੇ ਨੌਲੇਜ ਮਿਲੀ। ਟ੍ਰੇਨਿੰਗ ਦੇ ਵਿੱਚ ਇੱਕ ਦਿਨ ਤੋਂ ਲੈ ਕੇ ਬੱਚੇ ਨੂੰ ਕਿਵੇਂ ਪਾਲਣਾ, ਕਿਹੜੀਆਂ ਉਹਨਾਂ ਦੇ ਦਵਾਈਆਂ ਲੱਗਦੀਆਂ ਨੇ, ਕੀ ਵੈਕਸੀਨੇਸ਼ਨ ਹੁੰਦੀ ਆ, ਮਾਰਕੀਟਿੰਗ ਕਿਵੇਂ ਕਰਨੀ ਆ, ਸਾਰਾ ਕੁਛ ਆਪਾਂ ਉਹਦੇ 'ਚ ਐਕਸਪਲੇਨ ਕਰਿਆ। ਕਿ ਜਦੋਂ ਅਸੀਂ ਸਟਾਰਟਿੰਗ ਕਰੀ ਸੀ 1000 ਆਂਡੇ ਦੀ ਹੈਚਰੀ ਤੋਂ ਸਟਾਰਟ ਕਰਿਆ ਸੀ, ਔਰ ਉਹ 1000 ਆਂਡੇ ਦੀ ਹੈਚਰੀ ਵੀ ਅਸੀਂ ਸੋਚਦੇ ਸੀ ਕਿ ਇਹਨੂੰ ਫੁੱਲ ਆਂਡਾ ਨਹੀਂ ਲਾਉਣਾ, ਇਹਦੇ 'ਚ 200 ਜਾਂ 300 ਆਂਡਾ ਲਾ ਲਈਏ। ਉਸ ਤੋਂ ਬਾਅਦ ਅਸੀਂ 10,000 'ਤੇ ਪਹੁੰਚੇ, 10 ਤੋਂ 15, 15 ਤੋਂ 30, ਹੁਣ ਇਸ ਟਾਈਮ 30,000 ਦੀ ਅਸੀਂ ਕਪੈਸਿਟੀ ਚਲਾ ਰਹੇ ਹਾਂ। ਟੋਟਲ ਸਾਡੀ ਹੁਣ ਕਪੈਸਿਟੀ ਇਸ ਟਾਈਮ 60,000 ਹੋ ਗਈ ਹੈ, ਅਤੇ ਆਸ ਕਰਦੇ ਹਾਂ ਕਿ ਅਗਲੀ ਵਾਰ 1,00,000 ਤੱਕ ਲੈ ਕੇ ਜਾਣ। ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇਗੇ, ਤੁਸੀਂ ਵੀ ਲੈਕਚਰ ਦੇ ਰਹੇ ਸੀਗੇ, ਤੁਹਾਨੂੰ ਲੱਗਦਾ ਗਾ ਵੀ ਇਸ ਵੱਲ ਵਧਣਗੇ ਲੋਕ? ਵੱਧ ਰਹੇ ਨੇ ਜੀ, ਬਹੁਤ ਬੰਦੇ ਸਾਡੇ ਕੋਲ ਆਏ ਨੇ ਜਿਹੜੇ ਫੋਰਨ ਰਿਟਰਨ ਵਾਪਸ ਆਏ ਨੇ, ਅਤੇ ਉਹ ਇਹ ਕੰਮ ਸ਼ੁਰੂ ਕਰ ਰਹੇ ਨੇ। ਇਹਦੇ ਵਿੱਚ ਪ੍ਰੋਬਲਮ ਫੇਸ ਕਰਦੇ ਹਾਂ ਅਤੇ ਯੂਜਲੀ ਆਪਾਂ ਸੁਣਦੇ ਰਹਿੰਦੇ ਹਾਂ ਕਿ ਪੋਲਟਰੀ ਫੇਲ ਹੋ ਗਈ, ਉਹ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਤੋ ਇਹ ਜਿਹੀਆਂ ਗੱਲਾਂ ਸੁਣ ਕੇ ਫਿਰ ਕੌਨਫੀਡੈਂਸ ਵੀ ਆਉਂਦਾ ਵਾ ਅਤੇ ਆਪਾਂ ਸ਼ੁਰੂ ਵੀ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸੇਵਕ ਸਿੰਘ, ਤੁਸੀਂ ਜੁੜੇ ਹੋ ਸਿਰਲੇਖ ਦੇ ਨਾਲ। ਆਮ ਤੌਰ 'ਤੇ ਦੇਖਿਆ ਜਾਂਦਾ ਕਿ ਪੰਜਾਬ ਦੀ ਜਿਹੜੀ ਜਵਾਨੀ ਹੈਗੀ ਉਹ ਵਿਦੇਸ਼ਾਂ ਵੱਲ ਜਾ ਰਹੀ ਆ, ਪਰ ਬਹੁਤ ਘੱਟ ਨੌਜਵਾਨ ਅਜਿਹੇ ਨੇਗੇ ਜਿਹੜੇ ਪੰਜਾਬ ਦੇ ਵਿੱਚ ਹੀ ਛੋਟੇ ਸਹਾਇਕ ਕਿੱਤਿਆਂ ਨੂੰ ਮੁੱਖ ਕਿੱਤੇ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇਗੇ। ਉਹਨਾਂ ਦੇ ਵਿੱਚੋਂ ਪਿੱਛੇ ਇੱਕ ਵੀਡੀਓ ਸੀਗੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਨ੍ਹਾਂ ਦੇ ਵਿੱਚੋਂ ਜਸ਼ਨਪ੍ਰੀਤ ਸੀ ਜੋ ਕਿ 33 ਮੁਰਗੀਆਂ ਤੋਂ ਆਪਣਾ ਇੱਕ ਸਹਾਇਕ ਕਿੱਤੇ ਦੇ ਨਾਲ ਸ਼ੁਰੂ ਕੀਤਾ ਸੀਗਾ, ਅਤੇ ਹੌਲੀ ਹੌਲੀ ਉਹ ਇਸ ਕਿੱਤੇ ਨੂੰ ਮੇਨ ਕਿੱਤੇ ਦੇ ਵਿੱਚ ਲੈ ਕੇ ਆਏ, ਅਤੇ ਅੱਜ ਜਸ਼ਨਪ੍ਰੀਤ ਕਾਮਯਾਬ ਮੁਰਗੀ ਫਾਰਮ ਦੇ ਨਾਲ ਨਾਲ ਇੱਕ ਆਪਣੇ ਨਾਲ ਹੋਰ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਕਿੱਤੇ ਦੇ ਨਾਲ ਜੋੜ ਰਿਹਾ। ਸੋ ਆਓ ਗੱਲਬਾਤ ਕਰਦੇ ਹਾਂ, ਅਤੇ ਜਿਹੜੇ ਟ੍ਰੇਨਿੰਗ ਲੈਣ ਪਹੁੰਚਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਟ੍ਰੇਨਿੰਗ ਕਿਸ ਤਰ੍ਹਾਂ ਦੀ ਲੱਗੀ? ਟ੍ਰੇਨਿੰਗ ਸੀ ਅੱਜ ਕਿਸ ਤਰ੍ਹਾਂ ਦੀ ਲੱਗੀ, ਕਿਵੇਂ ਕਾਮਯਾਬ ਰਹੀ ਟ੍ਰੇਨਿੰਗ? ਦੇਖੋ ਜੀ, ਰਿਵਿਊ ਤਾਂ ਤੁਹਾਨੂੰ ਜੋ ਟ੍ਰੇਨਿੰਗ ਲੈਣ ਆਏ ਉਹ ਦੇ ਸਕਦੇ ਨੇ, ਬਾਕੀ ਆਪਣੇ ਵੱਲੋਂ ਅਸੀਂ ਕੋਈ ਵੀ ਕਮੀ ਨਹੀਂ ਛੱਡੀ। ਜੋ ਵੀ ਟ੍ਰੇਨਿੰਗ ਦੇ ਵਿੱਚ ਇੱਕ ਦਿਨ ਤੋਂ ਲੈ ਕੇ ਬੱਚੇ ਨੂੰ ਕਿਵੇਂ ਪਾਲਣਾ, ਕਿਹੜੀਆਂ ਉਹਨਾਂ ਦੇ ਦਵਾਈਆਂ ਲੱਗਦੀਆਂ ਨੇ, ਕੀ ਵੈਕਸੀਨੇਸ਼ਨ ਹੁੰਦੀ ਆ, ਮਾਰਕੀਟਿੰਗ ਕਿਵੇਂ ਕਰਨੀ ਆ, ਸਾਰਾ ਕੁਛ ਆਪਾਂ ਉਹਦੇ 'ਚ ਐਕਸਪਲੇਨ ਕਰਿਆ, ਅਤੇ ਜਿਨ੍ਹਾਂ ਨੇ ਬਹੁਤ ਧਿਆਨ ਨਾਲ ਸੁਣਿਆ ਹੋਊਗਾ ਉਹਨਾਂ ਨੂੰ ਮਾਰਕੀਟ ਕਰਨ ਦੇ ਵਿੱਚ ਜਾਂ ਚੂਚੇ ਨੂੰ ਪਾਲਣ ਦੇ ਵਿੱਚ ਜਾਂ ਬਿਮਾਰੀਆਂ ਨਾਲ ਕੋਈ ਵੀ ਉਹਨਾਂ ਨੂੰ ਸੰਬੰਧਿਤ ਕੋਈ ਸ਼ਿਕਾਇਤ ਆਉਂਦੀ ਆ ਜਾਂ ਕੋਈ ਬਰਡ ਦੀ ਕੋਈ ਦਿੱਕਤ ਵੈਕਸੀਨੇਸ਼ਨ ਕਰਨ ਦੀ ਜਾਂ ਮੋਰਟੈਲਿਟੀ ਹੁੰਦੀ ਹੈ ਜਾਂ ਉਹਨੂੰ ਕਿਵੇਂ ਕਵਰ ਕਰਨਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਜੀ। ਤੁਹਾਨੂੰ ਲੱਗਦਾ ਗਾ, ਕਿਉਂਕਿ ਟ੍ਰੇਨਿੰਗ ਦੇਣ ਵਾਲੇ ਨੂੰ ਪਤਾ ਲੱਗ ਜਾਂਦਾ ਹੁੰਦਾ ਗਾ ਕਿ ਜਿਹੜੇ ਟ੍ਰੇਨਿੰਗ ਲੈਣ ਪਹੁੰਚੇ ਨੇ ਕਿ ਉਹ ਸੈਟਿਸਫਾਈ ਨੇ ਜਾਂ ਨਹੀਂ ਹੈਗੇ, ਤੁਹਾਨੂੰ ਕਿਵੇਂ ਲੱਗਦਾ? ਬਿਲਕੁਲ ਜੀ, ਸੈਟਿਸਫਾਈ ਨੇ, ਕਿਉਂਕਿ ਜਦੋਂ ਅਸੀਂ ਲਾਸਟ ਟਾਈਮ ਟ੍ਰੇਨਿੰਗ ਕਰੀ ਸੀ
ਉਹਦੇ ਵਿੱਚ ਤਕਰੀਬਨ ਕੋਈ 170-180 ਜਣੇ ਹੋ ਗਏ ਸੀਗੇ। ਔਰ ਇਸ ਟਾਈਮ ਜੋ ਟ੍ਰੇਨਿੰਗ ਕਰੀ ਸੀ ਅਸੀਂ ਸੀਟਾਂ ਘੱਟ ਇਸੇ ਕਰਕੇ ਰੱਖੀਆਂ ਕਿ ਟਕਾ ਦੇ ਨਾਲ ਸੁਣਨ, ਔਰ ਟਕਾ ਦੇ ਨਾਲ ਸਾਰਿਆਂ ਨੇ ਸੁਣਿਆ ਵੀ। ਔਰ ਐਂਡ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੇ ਜਾ ਰਹੇ ਸੀਗੇ ਉਹ ਸਿਰਫ ਲੋਨ ਵਾਲੇ ਸੀਗੇ, ਜਿਨ੍ਹਾਂ ਨੇ ਲੋਨ ਦੇ ਨਾਲ ਕੋਈ ਸੰਬੰਧਿਤ ਨਹੀਂ। ਔਰ ਟ੍ਰੇਨਿੰਗ ਸਾਰੀ ਉਹਨਾਂ ਨੇ ਪ੍ਰੋਪਰ ਸੁਣੀ ਕਿ ਟ੍ਰੇਨਿੰਗ ਸੁਣ ਕੇ ਲੋਨ ਦੇ ਨਾਲ ਜਿਨ੍ਹਾਂ ਨੂੰ ਕੋਈ ਸੰਬੰਧ ਨਹੀਂ ਸੀਗਾ ਉਹਨਾਂ ਨੂੰ ਲੱਗਿਆ ਕਿ ਸਾਡੇ ਮਤਲਬ ਦੀ ਚੀਜ਼ ਨਹੀਂ, ਉਹੀ ਸਿਰਫ ਗਿਆ। ਔਰ ਅਦਰਵਾਈਜ਼ ਜੋ ਵੀ ਇੱਥੇ ਟ੍ਰੇਨਿੰਗ ਲੈਣ ਆਏ, ਸ਼ੁਰੂ ਤੋਂ ਲੈ ਕੇ ਸਵੇਰੇ 9:30 ਤੋਂ ਸ਼ੁਰੂ ਟ੍ਰੇਨਿੰਗ ਹੋ ਗਈ, ਸ਼ਾਮ 4:30 ਵਜੇ ਤੱਕ ਬਹੁਤ ਤਰੀਕੇ ਸਹੀ ਦੇ ਨਾਲ ਟ੍ਰੇਨਿੰਗ ਸੁਣੀ ਅਤੇ ਸਮਝੀ, ਕਿਉਂਕਿ ਫੇਸ ਤੋਂ ਹੀ ਪਤਾ ਲੱਗ ਜਾਂਦਾ ਟ੍ਰੇਨਿੰਗ ਸੁਣਨ ਵਾਲੇ ਅਤੇ ਸਮਝਣ ਵਾਲੇ ਦਾ। ਜੀ ਮੈਂ ਜਿਵੇਂ ਗੱਲ ਕੀਤੀ ਆ ਕਿ ਜਸ਼ਨਪ੍ਰੀਤ ਅੱਜ ਹੋਰ ਨੌਜਵਾਨਾਂ ਨੂੰ ਵੀ ਇਸ ਕਿੱਤੇ ਨਾਲ ਜੋੜ ਰਿਹਾ ਹੈਗਾ, ਲੱਗਦਾ ਕਿ ਵੀ ਨੌਜਵਾਨ ਨੇ ਜਿਹੜੇ ਜਾਂ ਹੋਰ ਨੇ ਗੇ ਉਹ ਇਸ ਕਿੱਤੇ ਵੱਲ ਵੱਧ ਰਹੇ ਨੇ। ਜੀ ਬਿਲਕੁਲ ਵੱਧ ਰਹੇ ਨੇ, ਕਿਉਂਕਿ ਜਦੋਂ ਅਸੀਂ ਸਟਾਰਟਿੰਗ ਕਰੀ ਸੀ 1000 ਆਂਡੇ ਦੀ ਹੈਚਰੀ ਤੋਂ ਸਟਾਰਟ ਕਰਿਆ ਸੀ, ਔਰ ਉਹ 1000 ਆਂਡੇ ਦੀ ਹੈਚਰੀ ਵੀ ਅਸੀਂ ਸੋਚਦੇ ਸੀ ਕਿ ਇਹਨੂੰ ਫੁੱਲ ਆਂਡਾ ਨਹੀਂ ਲਾਉਣਾ, ਇਹਦੇ 'ਚ 200 ਜਾਂ 300 ਆਂਡਾ ਲਾ ਲਈਏ ਕਿਉਂਕਿ ਪੂਰਾ ਬੱਚਾ ਕਿਵੇਂ ਸੇਲ ਹੋਊਗਾ 1000। ਔਰ 1000 ਤੋਂ ਬਾਅਦ ਅਸੀਂ 10000 'ਤੇ ਪਹੁੰਚੇ, 10 ਤੋਂ 15, 15 ਤੋਂ 30, ਹੁਣ ਇਸ ਟਾਈਮ 30,000 ਦੀ ਅਸੀਂ ਕਪੈਸਿਟੀ ਚਲਾ ਰਹੇ ਹਾਂ ਮਸ਼ੀਨ ਦੀ, ਔਰ ਪਲੱਸ 2 ਜਿਹੜੀਆਂ ਮਸ਼ੀਨਾਂ ਹੋਰ ਨੇ ਉਹ ਅਸੀਂ 2 ਜਾਂ 4 ਦਿਨਾਂ ਦੇ ਤੱਕ ਇੰਸਟਾਲ ਕਰਵਾ ਲੈਣੀਆਂ ਨੇ। ਟੋਟਲ ਸਾਡੀ ਹੁਣ ਕਪੈਸਿਟੀ ਇਸ ਟਾਈਮ 60,000 ਹੋ ਗਈ ਆ, ਅਤੇ ਆਸ ਕਰਦੇ ਹਾਂ ਕਿ ਅਗਲੀ ਵਾਰ 1 ਲੱਖ ਤੱਕ ਲੈ ਕੇ ਜਾਵਾਂਗੇ। ਹਾਂਜੀ ਬਾਈ, ਕਿਵੇਂ ਲੱਗੀ ਟ੍ਰੇਨਿੰਗ? ਬਹੁਤ ਵਧੀਆ ਜੀ, ਅਸੀਂ ਤਾਂ ਅਮੇਜ਼ਿੰਗ ਸੀਗੇ ਅਤੇ ਦੇਖਿਆ ਮੈਂ ਲੋਕਾਂ ਦਾ ਰਿਫਲੈਕਸ਼ਨ ਦੇਖਿਆ, ਬਹੁਤ ਸੋਹਣਾ ਸੀ। ਮੇਰੇ ਤੋਂ ਵੀ ਲੰਚ ਟਾਈਮ 'ਚ ਕਾਫੀ ਕੁਝ ਲੋਕਾਂ ਪੁੱਛਿਆ, ਜਿਹੜਾ ਇੰਟਰਸਟਡ ਬੰਦਾ ਵੀ ਪੁੱਛਦਾ ਕਿਸ ਤਰ੍ਹਾਂ ਕਰਨਾ, ਕਿਵੇਂ ਕਰਨਾ, ਦੂਜੇ ਨੂੰ ਤਾਂ ਕੀ, ਦੂਜਾ ਦੇ ਆਪਣਾ ਆਇਆ ਅਤੇ ਚੁੱਪ ਕਰਕੇ ਇੰਜੋਏ ਕੀਤਾ, ਅਤੇ ਬਹੁਤ ਠੀਕ ਲੱਗਿਆ ਮੈਨੂੰ। ਕਾਫੀ ਦੂਰੋਂ ਦੂਰੋਂ ਬੰਦੇ ਆਏ ਨੇ ਅਤੇ ਬੜਾ ਅੱਛਾ ਲੱਗਿਆ ਮੈਨੂੰ, ਉਹਨਾਂ ਕੁਸ਼ਚਨ ਬਹੁਤ ਸੋਹਣੇ ਪੁੱਛੇ ਉਹਨਾਂ ਨੇ ਜਿਹੜੇ ਮੈਨੇਜਿੰਗ ਦੇ ਵਿੱਚ ਅਕਸਰ ਹੁੰਦੇ ਨੇ। ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ, ਤਾਂ ਚਲੋ ਮੇਰਾ ਲੈਕਚਰ ਵੀ ਉਹਨਾਂ ਪਸੰਦ ਕੀਤਾ ਅਤੇ ਬੜਾ ਅੱਛਾ ਲੱਗਾ ਮੈਨੂੰ। ਬੰਦਿਆਂ ਨੇ ਸਪੈਸ਼ਲ ਮੇਰੇ ਫੋਨ ਨੰਬਰ ਵੀ ਲੈ ਦੇਖਿਆ ਵੀ, ਲੱਗਦਾ ਵੀ ਜਿਹੜੇ ਟ੍ਰੇਨਿੰਗ ਲੈ ਰਹੇ ਸੀ ਉਹ ਸੈਟਿਸਫਾਈ ਹੋ ਗਏ ਨੇ। ਬਹੁਤ ਵਧੀਆ, ਬਹੁਤ ਵਧੀਆ, ਕਿਉਂਕਿ ਉਹਨਾਂ ਦਾ ਫੇਸ ਰੀਡਿੰਗ ਮੈਂ ਦੇਖੀ ਸੀ, ਨੰਬਰ ਵਗੈਰਾ ਸਾਰਾ ਕਰਦੇ ਸੀ, ਅਤੇ ਹਾਂ ਸਾਡੀ ਜ਼ਿੰਮੇਵਾਰੀ ਵੱਧ ਗਈ ਸਾਨੂੰ ਫੋਨ ਕਰਨ ਕੇ ਦਿਨ ਰਾਤ, ਸਾਡੀ ਤਾਂ ਜ਼ਿੰਮੇਵਾਰੀ ਵਧੀ, ਪਰ ਸਾਨੂੰ ਖੁਸ਼ੀ ਹੈ ਕਿ ਉਹ ਬੰਦੇ ਅਗਾਂਹ ਤੁਰੇ ਨੇ, ਅਤੇ ਅੱਛੀ ਗੱਲ ਹੈ, ਬੜਾ ਵਧੀਆ ਲੱਗਿਆ ਸਾਨੂੰ। ਔਰ ਇਹ ਕੰਮ ਵੀ ਐਸਾ ਜਿੰਨਾ ਖਿਲਰੇਗਾ, ਜਿੰਨਾ ਵਧੇਗਾ ਉਨਾ ਹੀ ਜ਼ਿਆਦਾ ਵਧੀਆ ਹੋਏਗਾ। ਲੋਕਾਂ ਨੂੰ ਤਾਂ ਇਹ ਹੁੰਦਾ ਨਾ, ਕਈਆਂ ਨੂੰ ਹੁੰਦਾ ਸੀ ਨਾ ਕੰਮ ਹੋਰ ਨਾ ਸਿੱਖ ਲਏ, ਹੋਰ ਨਾ ਸਿੱਖ ਲਏ, ਨਹੀਂ ਇਹ ਤਾਂ ਮੈਂ ਉਹਨਾਂ ਨੂੰ ਇੱਕੋ ਦੱਸਿਆ ਕਿ ਤੁਸੀਂ ਗਰੁੱਪ ਦੇ ਵਿੱਚ ਕੰਮ ਕਰੋ, ਸਟਰੈਂਥ 'ਚ ਕੰਮ ਕਰੋ, ਤੁਸੀਂ ਇੱਕ ਦੂਜੇ ਦੀ ਮਾਰਕੀਟਿੰਗ ਵਧਾਓ, ਸਾਰਾ ਇੱਕ ਨੇਕ ਨੀਚਤੀ ਬੜੀ ਜ਼ਰੂਰੀ ਹੈ ਇਹਦੇ ਵਿੱਚ। ਹਾਂਜੀ ਠੀਕ ਹੈ। ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇਗੇ, ਤੁਸੀਂ ਵੀ ਲੈਕਚਰ ਦੇ ਰਹੇ ਸੀਗੇ, ਤੁਹਾਨੂੰ ਲੱਗਦਾ ਗਾ ਵੀ ਇਸ ਵੱਲ ਵਧਣਗੇ ਲੋਕ? ਵੱਧ ਰਹੇ ਨੇ ਜੀ, ਬਹੁਤ ਬੰਦੇ ਸਾਡੇ ਕੋਲ ਆਏ ਨੇ ਜਿਹੜੇ ਫੋਰਨ ਰਿਟਰਨ ਨੇ, ਵਾਪਸ ਆਏ ਨੇ, ਅਤੇ ਉਹ ਇਹ ਕੰਮ ਸ਼ੁਰੂ ਕਰ ਰਹੇ ਨੇ। ਜਲੰਧਰ ਅੰਮ੍ਰਿਤਸਰ ਏਰੀਆ, ਹੁਸ਼ਿਆਰਪੁਰ ਏਰੀਆ, ਉੱਥੋਂ ਹਰ ਰੋਜ਼ ਲਗਭਗ ਸਾਡੇ ਕੋਲ 30 ਤੋਂ 35 ਕਾਲਜ਼ ਆਉਂਦੀਆਂ ਨੇ ਜਿਹੜਾ ਪੋਲਟਰੀ ਦਾ ਕੰਮ ਸਿੱਖਣਾ ਚਾਹੁੰਦੇ ਨੇ। ਬਾਹਰ ਤੋਂ ਵੀ ਕਾਲਜ਼ ਆਉਂਦੀਆਂ ਨੇ ਜਿਹੜੇ ਬਾਹਰਲੇ ਨੰਬਰ ਨੇ, ਅਤੇ ਬਾਹਰ ਤੋਂ ਵਾਪਸ ਆ ਰਹੇ ਨੇ। ਜਾਣ ਦਾ ਤਾਂ ਚਲੋ ਜਿਹੜਾ ਕਰੇਜ਼ ਹੈ ਲੋਕਾਂ 'ਚ, ਇੱਕ ਵਾਰੀ ਬੰਦਾ ਜਾ ਕੇ ਫਿਰ ਮੁੜਦਾ ਆ ਜ਼ਿਆਦਾ, ਅਤੇ ਬਾਕੀ ਕਾਫੀ ਫਰਕ ਪੈ ਰਿਹਾ ਹੈ, ਵੱਧ ਰਿਹਾ ਰੁਝਾਨ ਇੱਥੇ ਕੰਮ ਕਰਨ 'ਚ। ਮਾਝਾ ਦੇ ਨਾਲ ਕਿਹਾ ਜਾਂਦਾ ਗਾ ਕਿ ਮਾਝੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ਾਂ ਵੱਲ ਗਏ ਨੇ। ਬਿਲਕੁਲ ਜੀ, ਉੱਥੋਂ ਕਾਫੀ ਜ਼ਿਆਦਾ ਗਏ ਹੋਏ ਨੇ, ਪਰ ਮੋਹ ਭੰਗ ਹੋ ਰਿਹਾ ਬਾਹਰ ਤੋਂ ਲੋਕਾਂ ਦਾ। ਲੋਕਾਂ ਨੂੰ ਇਹ ਸੀ ਇੱਥੇ ਕੁਝ ਦਿਖਾਈ ਨਹੀਂ ਦਿੰਦਾ ਸੀਗਾ, ਇਹਦੇ ਕਰਕੇ ਜ਼ਿਆਦਾ ਬਾਹਰ ਜਾ ਰਹੇ ਸੀਗੇ। ਹੁਣ ਕਈ ਕੰਮ ਇਹੋ ਜਿਹੇ ਚੱਲ ਪਏ, ਉਹਦੇ ਨਾਲ ਵਾਪਸੀ ਤਕਰੀਬਨ ਬਣ ਰਹੀ ਹੈ ਕਾਫੀ ਲੋਕਾਂ। ਸੋ ਅੱਗੇ ਹੋਰ ਗੱਲਬਾਤ ਕਰਦੇ ਹਾਂਗੇ। ਹਾਂਜੀ ਬਾਈ, ਕਿਵੇਂ ਲੱਗੀ ਟ੍ਰੇਨਿੰਗ? ਬਹੁਤ ਵਧੀਆ ਜੀ, ਬਹੁਤ ਵਧੀਆ, ਬੜਾ ਹੀ ਵਧੀਆ ਬਾਈਆਂ ਜੀ ਨੇ ਸਮਝਾਇਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਨੇਚਰ ਹੈ। ਬਾਕੀ ਇਹ ਨਹੀਂ ਵੀ ਇੱਕ ਵਾਰੀ ਬੱਚਾ ਸੇਲ ਕਰਤਾ ਵੀ ਮੁੜ ਕੇ ਗੱਲ ਨਾ ਸੁਣਨਗੇ, ਜਦੋਂ ਮਰਜ਼ੀ ਫੋਨ ਕਰੋ ਉਹਦੀ ਫੋਨ ਚੁੱਕਦੇ ਆ, ਨਹੀਂ ਫਿਰ ਵਾਪਸ ਲਾਉਂਦੇ ਆ।
ਬਹੁਤ ਵਧੀਆ ਲੱਗਿਆ ਜੀ। ਕਈ ਵਾਰ ਕੀ ਹੁੰਦਾ ਕਿ ਆਪਾਂ ਟ੍ਰੇਨਿੰਗ ਲੈਣ ਜਾਂਦੇ ਹਾਂਗੇ, ਪੈਸੇ ਭਰ ਦਿੰਦੇ ਹਾਂ, ਪਰ ਆਪਣੇ ਉੱਥੇ ਸੰਤੁਸ਼ਟੀ ਨਹੀਂ ਹੁੰਦੀ ਗੀ, ਲੱਗਦਾ ਇੱਥੇ ਆ ਕੇ ਸੰਤੁਸ਼ਟੀ ਹੋਈ? ਪੂਰੀ ਜੀ ਪੂਰੀ, ਬੱਚਾ ਵੀ ਬੁੱਕ ਕਰਾਤਾ ਜੀ, ਪੂਰੀ ਸੰਤੁਸ਼ਟੀ ਹੈ। ਕਿੰਨੇ ਬੱਚੇ ਬੁੱਕ ਕਰਾਤੇ? 600 ਕਰਾਇਆ ਜੀ। 600 ਬੱਚਾ, 200 ਪਹਿਲਾਂ ਕਰ ਰਹੇ ਹੋਗੇ? ਪਹਿਲਾਂ ਜੀ 50 ਕੁ ਮਤਲਬ ਮੁਰਗੇ ਹੈਗੇ, ਇਕੱਲੇ ਸੀਲ ਹੈ, ਇਹ ਨਹੀਂ ਹੈਗਾ ਬੜਾ, ਸੀਲ ਹੈ ਜੀ, ਉਹ 2-3 ਸਾਲ ਹੋ ਗਏ ਉਹਨਾਂ ਨੂੰ। ਹਾਂਜੀ ਬਾਈ, ਨੌਜਵਾਨ ਨੇ ਜਿਹੜੇ ਉਹ ਵਿਦੇਸ਼ਾਂ ਵੱਲ ਜਾ ਰਹੇ ਨੇਗੇ, ਤੁਸੀਂ ਟ੍ਰੇਨਿੰਗ ਲੈਣ ਆਏ ਹੋ? ਹਾਂਜੀ ਵੀਰੇ, ਟ੍ਰੇਨਿੰਗ ਲੈਣ ਆਏ ਹਾਂ। ਬਹੁਤ ਵਧੀਆ ਇਹਨਾਂ ਨੇ ਐਕਸਪਲੇਨ ਕੀਤਾ, ਪ੍ਰੋਪਰ ਸਾਨੂੰ ਸਾਰਾ ਪਤਾ ਲੱਗ ਗਿਆ ਵੀ ਕਿਵੇਂ ਦਵਾਈਆਂ ਵਗੈਰਾ ਦਾ ਕਿਵੇਂ ਕਰਨਾ ਸਾਰਾ ਸਮਝ ਆ ਗਿਆ। ਤੁਹਾਨੂੰ ਨਹੀਂ ਲੱਗਿਆ ਵੀ ਬਾਕੀ ਵੀ ਜਾਈ ਜਾਂਦੇ ਨੇ ਵੀ ਮੈਂ ਵੀ ਜਾਵਾਂ, ਮੈਂ ਇਸ ਕਿੱਥੇ ਨਾਲ ਕਜੋਣਾ? ਨਹੀਂ ਵੀਰੇ, ਮੈਂ ਵੀ ਟਰਾਈ ਕਰ ਹਟਿਆ 2-3 ਵਾਰ, ਪਰ ਹੁਣ ਸੋਚਿਆ ਵੀ ਉੱਥੇ ਵੀ ਬਹੁਤ ਔਖਾ ਹੋਇਆ ਪਿਆ ਵਾ, ਵੀ ਇੱਥੇ ਕੋਈ ਲੱਭੀਏ, ਅਤੇ ਹੁਣ ਤਾਂ ਹੀ ਇਸ ਕਿੱਤੇ ਵੱਲ ਆਏ ਹਾਂ। ਸੰਤੁਸ਼ਟ ਹੋ? ਹਾਂਜੀ, ਬਾਕੀ ਕਰਦੇ ਹਾਂ ਸਟਾਰਟ, ਹੁਣ ਸ਼ੁਰੂ ਕਰਨਾ ਵਾ, ਇਸ ਸੋਚ ਰਹੇ ਹਾਂ ਵੀ ਹੁਣ ਪਾਈਏ ਮਈ ਦੇ ਵਿੱਚ ਅਤੇ ਕਰੀਏ ਸਟਾਰਟ। ਕਿਵੇਂ ਲੱਗੀ ਟ੍ਰੇਨਿੰਗ ਤੁਹਾਨੂੰ? ਟ੍ਰੇਨਿੰਗ ਬਹੁਤ ਵਧੀਆ ਸੀਗਾ, ਐਵਰੀਥਿੰਗ ਬਹੁਤ ਡਿਟੇਲ ਦੇ ਵਿੱਚ ਸਮਝਾਇਆ ਇਹਨਾਂ ਨੇ, ਅਤੇ ਬੇਸਿਕਲੀ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਹੈ ਕਿ ਜਿਹੜੀਆਂ ਆਪਾਂ ਇਹਦੇ ਵਿੱਚ ਪ੍ਰੋਬਲਮ ਫੇਸ ਕਰਦੇ ਹਾਂ, ਅਤੇ ਯੂਜਲੀ ਆਪਾਂ ਸੁਣਦੇ ਰਹਿੰਦੇ ਹਾਂ ਕਿ ਪੋਲਟਰੀ ਫੇਲ ਹੋ ਗਈ, ਉਹ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਸੋ ਇਹ ਜਿਹੀਆਂ ਗੱਲਾਂ ਸੁਣ ਕੇ ਫਿਰ ਕੌਨਫੀਡੈਂਸ ਵੀ ਆਉਂਦਾ ਵਾ, ਅਤੇ ਆਪਾਂ ਸ਼ੁਰੂ ਵੀ ਕਰ ਸਕਦੇ ਹਾਂ। ਜਿਹੜੇ ਨੌਜਵਾਨ ਆ, ਜੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵਿਦੇਸ਼ਾਂ ਵੱਲ ਜਾ ਰਹੇ ਨੇ ਵੱਡੀ ਗਿਣਤੀ ਵਿੱਚ, 20-25 ਲੱਖ ਰੁਪਇਆ ਲਾ ਕੇ ਜਾਂਦੇ ਨੇਗੇ, ਪਰ ਜੇ ਆਪਾਂ ਇਹ ਕਿੱਤਾ ਸ਼ੁਰੂ ਕਰਦੇ ਹਾਂ ਤਾਂ ਇਹ ਬਹੁਤ ਘੱਟ ਪੈਸੇ ਲਾ ਕੇ ਕਿੱਤਾ ਸ਼ੁਰੂ ਹੁੰਦਾ ਗਾ, ਕੀ ਕਹਿਣਾ ਚਾਹੁੰਦੇ ਹੋ ਉਹ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਂਦੇ ਨੇ? ਹਾਂਜੀ, ਬੇਸਿਕਲੀ ਜਿਵੇਂ ਆਪਾਂ ਬਾਹਰ ਜਾਂਦੇ ਹਾਂ, ਉੱਥੇ ਵੀ ਆਪਾਂ ਉੱਥੇ ਹੋਰ ਪ੍ਰੋਬਲਮਸ ਵੀ ਨੇ, ਇੱਥੇ ਆਪਾਂ ਆਪਦੇ ਪਰਿਵਾਰਾਂ ਦੇ ਵਿੱਚ ਰਹਿ ਕੇ ਬਿਜ਼ਨਸ ਕਰ ਸਕਦੇ ਹਾਂ, ਅਤੇ ਮੇਨ ਗੱਲ ਆਪਾਂ ਉਹਨਾਂ ਦੀ ਕੇਅਰ ਕਰ ਸਕਦੇ ਹਾਂ, ਜਿਹੜੀ ਅੱਜ ਮੇਨ ਪ੍ਰੋਬਲਮ ਆ ਰਹੀ ਹੈ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਉਸ ਪ੍ਰੋਬਲਮ ਦਾ ਵੀ ਇਸ ਕਿੱਤਿਆਂ ਦੇ ਨਾਲ ਛੁਟਕਾਰਾ ਆਪਾਂ ਨੂੰ ਈਜ਼ਲੀ ਮਿਲ ਜੂਗਾ। ਸੋ ਇਹ ਇੱਦਾਂ ਦੇ ਵਿਚਾਰ ਨੇ, ਕਾਫੀ ਡੂੰਘੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਹਾਇਕ ਕਿੱਤੇ ਜੇ ਆਪਾਂ ਅਪਣਾਵਾਂਗੇ ਤਾਂ ਉਹ ਆਟੋਮੈਟਿਕਲੀ ਸੋਰਟ ਆਊਟ ਹੋ ਜਾਣਗੀਆਂ। ਜਿਵੇਂ ਮੇਨ ਪ੍ਰੋਬਲਮ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਨੌਜਵਾਨ ਹੀ ਨਹੀਂ ਆਪਾਂ ਨੂੰ ਦੇਖਦੇ ਗਏ, ਪਿੰਡ ਹਾਂ ਕਿਸੇ ਬਜ਼ੁਰਗ ਨੇ ਕੋਈ ਦਵਾਈ ਲੈਣ ਜਾਣਾ ਵਾ, ਉਹਨਾਂ ਦੀ ਕੇਅਰਟੇਕ ਲਈ ਕੋਈ ਪਿੰਡ ਦੇ ਵਿੱਚ ਹੈ ਹੀ ਨਹੀਂ ਹੈਗਾ ਗਾ। ਜਿਸ ਤਰ੍ਹਾਂ ਦੇ ਨਿੱਕੇ ਨਿੱਕੇ ਕਿੱਤੇ ਆਪਾਂ ਅਪਣਾਵਾਂਗੇ, ਬੱਚੇ ਜੁੜਨਗੇ, ਜਵਾਕ ਜੁੜਨਗੇ, ਤਾਂ ਉਹ ਆਟੋਮੈਟਿਕਲੀ ਵਿਦੇਸ਼ਾਂ ਦਾ ਖੜਾ ਛੱਡ ਦੇਣਗੇ। ਘਰ ਦੇ ਸਾਥ ਦੇ ਰਹੇ? ਹਾਂਜੀ ਹਾਂਜੀ ਬਿਲਕੁਲ। ਇਹਦਾ ਨਹੀਂ ਹੁੰਦਾ ਵੀ ਕਿਤੇ ਮੁੰਡਾ ਹੈਗਾ ਉਹ ਹੋਰ ਪਾਸੇ ਜਾ ਰਿਹਾ, ਘਰ ਦੇ ਹੋਰ ਪਾਸੇ ਜਾ ਰਹੇ ਹੁਣ? ਨਹੀਂ, ਚਲੋ ਉਹ ਤਾਂ ਇੱਕ ਜਨਰੇਸ਼ਨ ਗੈਪ ਆ, ਇੰਨੇ ਕੁ ਕਨਫਲਿਕਟਸ ਹੁੰਦੇ ਆ, ਬਟ ਟਾਈਮ ਬਾਏ ਦਾ ਟਾਈਮ ਉਹ ਕਲੀਅਰ ਹੋ ਜਾਂਦੇ ਆ, ਇੱਡੀ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਪੇਰੈਂਟਸ ਵੀ ਕਿਸੇ ਹੱਦ ਤੱਕ ਹੁੰਦੇ ਆ, ਕੁਛ ਆਪਣੇ 'ਤੇ ਸੁਸਾਇਟੀ ਦਾ ਵੀ ਦਬਾਅ ਹੁੰਦਾ ਵਾ, ਬਟ ਜਦੋਂ ਮਨੀ ਆਉਣ ਲੱਗ ਜਾਂਦੀ ਆ ਫਿਰ ਉਹ ਸਾਰੇ ਦਬਾਅ ਵੀ ਪਾਸੇ ਹੋ ਜਾਂਦੇ ਆ, ਅਤੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਰੋਕ ਰਹੀਆਂ ਹੁੰਦੀਆਂ, ਪੇਰੈਂਟਸ ਨੂੰ ਰੋਕ ਰਹੀਆਂ ਨੇ, ਉਹ ਵੀ ਦੂਰ ਹੋ ਜਾਂਦੀਆਂ ਨੇ, ਸੋ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ ਇਹ। ਇੱਕ ਨੌਜਵਾਨ ਨੇਗੇ, ਉਹ ਕੰਮ ਤੁਹਾਡੇ ਦੀ ਲਾਈਏ ਕਿ ਕਿੱਤਾ ਕਰਨਾ ਚਾਹੁੰਦੇ ਹੋ, ਪਰ ਜਿਹੜਾ ਆਲਾ ਦੁਆਲਾ ਹੁੰਦਾ ਗਾ ਉਹ ਕਰਨ ਨਹੀਂ ਦਿੰਦਾ, ਅਤੇ ਕਈ ਨੌਜਵਾਨ ਅਜਿਹੇ ਵੀ ਨੇਗੇ ਉਹ ਕਿੱਤੇ ਨਾਲ ਜੁੜਨਾ ਚਾਹੁੰਦੇ ਨੇ, ਜੇ ਮੈਂ ਗੱਲ ਕਰਕੇ ਹਟਾ ਪਹਿਲਾਂ, ਪਰ ਉਹ ਆਲੇ ਦੁਆਲੇ ਕਰਕੇ ਜੁੜਦੇ ਨਹੀਂ ਗੇ, ਖਹਿੜਾ ਛੱਡ ਦਿੰਦੇ ਨੇ, ਉਹਨਾਂ ਨੂੰ ਕਹਿਣਾ ਚਾਹੁੰਦੇ? ਉਹ ਇੱਕ ਆਰਟੀਫਿਸ਼ਲ ਜਿਹਾ ਸੁਸਾਇਟੀ ਦਾ ਦਬਾਅ ਹੁੰਦਾ ਆ, ਅਤੇ ਇਹ ਤਾਂ ਕੋਈ ਵੀ ਕੰਮ ਜਦੋਂ ਆਪਾਂ ਸ਼ੁਰੂ ਕਰਨਾ ਹੁੰਦਾ ਆ ਉਦੋਂ ਉਹਦਾ ਆਪਣਾ ਵੀ ਵਿਊ ਹੋਰ ਹੁੰਦਾ, ਲੋਕਾਂ ਦਾ ਵੀ ਹੋਰ ਹੁੰਦਾ ਵਾ, ਪਰ ਜਦੋਂ ਆਪਾਂ ਉਹਦੇ ਰਿਜ਼ਲਟ ਦੇਖਦੇ ਹਾਂ ਅਤੇ ਆਪਣੇ ਵਿਊ ਬਦਲਦੇ ਜਾਂਦੇ ਆ, ਸੋ ਇਹ ਵੱਡੀ ਪ੍ਰੋਬਲਮ ਨਹੀਂ ਹੈਗੀ ਕਿ ਆਪਾਂ ਕੁਛ ਵੀ ਆਪਾਂ ਜਦੋਂ ਸਟੱਡੀ ਵੀ ਕਰਨ ਲੱਗਦੇ ਹਾਂ ਪਹਿਲੇ ਦਿਨ ਤੋਂ, ਉਦੋਂ ਵੀ ਆਪਣੇ 'ਤੇ ਇੱਕ ਦਬਾਅ ਤਾਂ ਬਹੁਤ ਵੱਡਾ ਹੁੰਦਾ ਹੀ ਆ ਨਾ, ਅਤੇ ਹੌਲੀ ਹੌਲੀ ਆਪਾਂ ਕਰੀ ਜਾਂਦੇ ਹਾਂ ਤਾਂ ਪਾਸ ਹੋ ਜਾਂਦੇ ਹਾਂ, ਅਤੇ ਆਪਾਂ ਕੰਪਲੀਟ ਵੀ ਕਰ ਲੈਂਦੇ ਹਾਂ, ਸੋ ਦਿਸ ਇਹ ਵੱਡੀ ਪ੍ਰੋਬਲਮ ਨਹੀਂ ਹੈਗੀ। ਅਤੇ ਜਿਵੇਂ ਦੇਖਿਆ ਗਾ ਕਿ ਦੂਰੋਂ ਦੂਰੋਂ ਨੌਜਵਾਨ ਨੇ ਜਿਹੜੇ ਉਹ ਆਏ ਨੇ ਦੂਰੋਂ ਸ਼ਹਿਰਾਂ 'ਚੋਂ, ਪਰ ਸਟੇਟਾਂ ਤੋਂ ਵੀ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਗੇ। ਬਾਈ ਕਿਹੜੀ ਸਟੇਟ ਤੋਂ ਆਏ ਹੋ, ਕਿੱਥੋਂ ਆ? ਯੂਪੀ ਲਖਨਊ ਸੇ ਆਇਆ। ਲਖਨਊ ਸੇ ਜੀ। ਸਪੈਸ਼ਲ ਟ੍ਰੇਨਿੰਗ ਕੇ ਲਈ ਆਏ ਹੋ?
ਹਾਂ ਜੀ, ਇਨਕਾ ਯੂਟਿਊਬ ਪੇ ਦੇਖਾ ਥਾ, ਬਹੁਤ ਅੱਛਾ ਲਗਾ, ਤੋ ਇਸਕੇ ਲਈ ਆਇਆ ਪਰਸਨਲ। ਯੂਟਿਊਬ ਪੇ ਦੇਖਤੇ ਹੈ ਕਿ ਸਭ ਕੁਛ ਅੱਛਾ ਹੋਤਾ ਹੈ, ਯਹਾਂ ਕਰ ਕੈਸਾ ਲਗਾ? ਯਹਾਂ ਉਸਸੇ ਜ਼ਿਆਦਾ ਅੱਛਾ ਲਗਾ ਕਿ ਨੌਲੇਜ ਮਿਲੀ। ਯੂਟਿਊਬ ਪੇ ਜ਼ਿਆਦਾਤਰ ਫੇਕ ਦਿਖਾਤੇ ਹੈ, ਯੇ ਮਾਲੂਮ ਪੜ ਗਿਆ ਸਾਰਾ ਕੁਛ। ਮਤਲਬ ਪੂਰਾ ਜੋ ਲੈਕਚਰ ਥੇ ਵੋ ਪੰਜਾਬੀ ਮੇਂ ਥੇ, ਸਮਝ ਆਏ? ਹਾਂ, ਸਮਝ ਮੇਂ ਆਏ, ਅੱਛੇ ਸੇ ਸਮਝ ਆਇਆ, ਸਮਝ ਮੇਂ ਆਏ, ਵੀਡੀਓ ਥੇ ਦੇਖਾ, ਫੋਟੋ ਦੇਖੇ, ਇਸਕੇ ਲਈ। ਇਹਨਾਂ ਦਾ ਫਿਊਚਰ ਆਉਣ ਵਾਲੇ ਟਾਈਮ ਮੈਂ ਕੈਸਾ ਹੈ, ਕਰੋਗੇ ਮੁਰਗੀ ਫਾਰਮ? ਮੈਂ ਤਾਂ ਸੋਚਾ ਤਾ ਵੀ ਬੁੱਕ ਕਰਾ ਦੇ ਰਹਾ ਹੂੰ, 1000 ਬੱਚਾ, ਬਸ ਇਤਨਾ ਅੱਛਾ ਲਗਾ, ਬਸ ਇਹੀ ਸੋਚ ਕੇ ਮੈਂ ਸੋਚਾ ਵੀ 1000 ਬੱਚਾ ਬੁੱਕ ਕਰਾਊਗਾ। ਕਰਵਾ ਦਿਆ 1000? ਹਾਂ, 1000 ਬੱਚਾ। ਸੰਤੁਸ਼ਟ ਹੋ ਜਾਂ ਪਰ? ਹਾਂ, ਸੰਤੁਸ਼ਟ ਹੋ, ਇਸੀ ਲਈ ਤਾਂ ਅੱਛਾ ਲਗਾ ਕਿ ਮਜ਼ਾ ਆਇਆ, ਅੱਛਾ ਲਗਾ, ਨੌਲੇਜ ਮਿਲੀ, ਕੈਸੇ ਕਰਨਾ ਹੈ ਸਭ ਬਤਾਇਆ। ਕੋਈ ਦਿਮਾਗ ਮੈਂ ਕੋਈ ਸਵਾਲ ਰਿਹਾ ਹੋ ਕਿ ਸ਼ਾਇਦ ਜੇਬ ਰਹਿ ਗਿਆ ਜਾਂ ਵੋ ਰਹਿ ਗਿਆ? ਕੋਈ ਐਸਾ ਕੋਈ ਡਾਊਟ ਨਹੀਂ ਹੈ, ਬਸ ਸਭ ਕਲੀਅਰ ਹੈ, ਸਭ ਨੇ ਅੱਛੇ ਸੇ ਕਲੀਅਰ ਕਰ ਦਿਆ, ਬਸ ਇਸੀ ਲਈ ਸਭ ਸਮਝ ਮੇਂ ਆ ਗਿਆ। ਸੋ ਵੀਰ ਲਖਨਊ ਤੋਂ ਸੀਗੇ ਜਿਨ੍ਹਾਂ ਨੇ 1000 ਬੱਚਾ ਜਿਹੜਾ ਉਹ ਬੁੱਕ ਕਰਵਾ ਦਿੱਤਾ ਗਿਆ ਗਾ, ਅਤੇ ਉਹਨਾਂ ਦੇ ਮਤਲਬ ਜਦੋਂ ਉਹਨਾਂ ਨੂੰ ਪੁੱਛਿਆ ਕਿ ਪੰਜਾਬੀ ਜਿਹੜੀ ਸਮਝ ਆਈ ਸੀ, ਕਹਿੰਦੇ ਵੀ ਬਿਲਕੁਲ ਸਮਝ ਆਈ ਆ, ਹਰ ਇੱਕ ਡਾਊਟ ਆ ਜਿਹੜਾ ਉਹ ਕਲੀਅਰ ਹੋਇਆ ਗਾ। ਸੋ ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਿਰਲੇਖ ਦੇ ਨਾਲ।